ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਝੋਨੇ ਦੀ ਫਸਲ ਦੇ ਵਿੱਚ ਕਿਸਾਨ ਵੀਰ ਮੈਗਨੀਸ਼ੀਅਮ ਥੱਲੇ ਵੀ ਪਾ ਰਹੇ ਆ ਲੋਹਾ ਤੱਤ ਵੀ ਉਹਨਾਂ ਨੇ ਥੱਲੇ ਕਾਫੀ ਜ਼ਿਆਦਾ ਪਾਇਆ ਹੈ ਤੇ ਮੈਗਨੀਸ਼ੀਅਮ ਬਾਰੇ ਝੋਨਾ ਜਦੋਂ ਹੈਗਾ 25 30 ਦਿਨ ਦਾ ਉਹਦੇ ਬਾਰੇ ਜਦੋਂ ਫਟਾਰੇ ਵਾਲੀ ਸਪਰੇ ਕਰਾਉਣੇ ਆ ਜਿਹਦੇ ਵਿੱਚ ਜ਼ਿੰਕ ਕਰੀਦਾ ਪਾਣੀ ਯੂਰੀਆ ਤੇ ਲੋਹਾ ਤੱਤ ਪਾਉਣੇ ਆ ਤਾਂ ਉਹਦੇ ਵਿੱਚ ਕਿਸਾਨ ਵੀਰ ਪੁੱਛ ਰਹੇ ਕਿ ਮੈਗਨੀਸ਼ੀਅਮ ਆਪਾਂ ਕਿੰਨਾ ਪਾਈਏ ਤਾਂ ਕਿ ਝੋਨੇ ਦੀ ਫਸਲ ਦੇ ਵਿੱਚ ਫਟਾਰਾ ਬਹੁਤ ਜ਼ਿਆਦਾ ਹੋਵੇ ਉਹਦੇ ਬਾਰੇ ਆਪਾਂ ਗੱਲ ਜਿਹੜੀ ਹੈਗੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਤੱਤ ਦੀ ਘਾਟ ਆਉਂਦੀ ਹੈ ਉਹ ਹੈਗੀ ਹੈ ਲੋਹਾ ਤੱਤ ਜਾਂ ਜ਼ਿੰਕ ਜਿੱਥੇ ਰੇਤਲੀ ਜ਼ਮੀਨ ਹੈ ਜਾਂ ਸਿੱਧੀ ਬਿਜਾਈ ਹੋਈ ਹੈ ਉੱਥੇ ਲੋਹਾ ਤੱਤ ਦੀ ਬਹੁਤ ਜ਼ਿਆਦਾ ਘਾਟ ਆਉਂਦੀ ਹੈ ਜਿੱਥੇ ਖੇਤ ਦੇ ਵਿੱਚ ਲਗਾਤਾਰ ਆਪਾਂ ਪਾਣੀ ਖੜਾ ਰੱਖਦੇ ਹਾਂ ਫਾਸਫੋਰਸ ਤੱਤ ਦੀ ਮਾਤਰਾ ਜ਼ਿਆਦਾ ਹੈ ਜਾਂ ਰੇਤਲੀ ਜ਼ਮੀਨ ਉੱਤੇ ਜ਼ਿੰਕ ਦੀ ਘਾਟ ਵੀ ਬਹੁਤ ਜ਼ਿਆਦਾ ਆਉਂਦੀ ਹੈ ਇਹਦੀ ਬਾਬਤ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਆਪਾਂ ਜਿੱਥੇ ਵੀ ਝੋਨੇ ਦੀ ਫਸਲ ਦੇ ਵਿੱਚ ਜਿੱਥੋਂ ਆਪਾਂ ਮਿੱਟੀ ਚੱਕੀ ਆ ਜਿੱਥੇ ਰੇਤਲੀ ਜ਼ਮੀਨ ਆ ਜਿੱਥੇ ਮਾੜਾ ਪਾਣੀ ਆ ਜਿੱਥੇ ਝੋਨੇ ਦੀ ਫਸਲ ਦੇ ਵਿੱਚ ਆਪਾਂ ਨੂੰ ਜਿਹੜਾ ਬੂਟੇ ਲਾਲ ਹੋ ਰਹੇ ਆ ਜਿੱਥੇ ਆਪਾਂ ਖਾਸ ਤੌਰ ਤੇ ਜਦੋਂ ਆਪਾਂ ਮਗਰਲੇ ਪਾਸੇ ਜਿੱਥੇ ਪਾਣੀ ਖੜਦਾ ਹੈ ਖੇਤ ਦੇ ਵਿੱਚ ਜਿੱਥੋਂ ਆਪਾਂ ਨੱਕੇ ਦੇ ਉਲਟ ਵਾਲੇ ਪਾਸੇ ਬੂਟੇ ਪੱਤੇ ਪੀਲੇ ਪੈ ਰਹੇ ਆ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਇਹਦੇ ਬਾਬਤ ਮੈਂ ਕੱਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਝੋਨੇ ਦੀ ਫਸਲ ਦੇ ਆਪਾਂ ਜ਼ਿੰਕ 21% 1 ਕਿਲੋ ਜਾਂ 700 ਗ੍ਰਾਮ ਤੇ 33% ਜ਼ਿੰਕ ਨਾਲ 1 ਤੋਂ 1.5 ਕਿਲੋ ਯੂਰੀਆ ਪ੍ਰਤੀ ਏਕੜ ਅੱਧਾ ਕਿਲੋ ਲੋਹਾ ਤੱਤ ਫੈਰ ਸਲਫੇਟ 19% ਅੱਧਾ ਕਿਲੋ ਅਣਬੋਝ ਚੂਨਾ ਟਲੇ ਵਾਲੀ ਕਾਲੀ ਦਾ ਪਾਣੀ ਕਿਸਾਨ ਵੀਰ ਮੈਗਨੀਸ਼ੀਅਮ ਬਹੁਤ ਜ਼ਿਆਦਾ ਥੱਲੇ ਪਾਰੇ ਸੀਗੇ ਪਹਿਲਾਂ ਵੀ ਪਾਇਆ ਕਿਸਾਨ ਵੀਰਾਂ ਨੇ ਹੁਣ ਵੀ ਪੁੱਛ ਰਹੇ ਆ ਮੈਗਨੀਸ਼ੀਅਮ ਤੱਤ ਕਾਰਨ ਕੀ ਆ ਕਿ ਸਸਤਾ ਹੋਣ ਦੀ ਆਮ ਤੌਰ ਤੇ ਆਪਣੇ ਵਿੱਚ ਰਜਾਨ ਹੁੰਦਾ ਕਿ ਜਿਹੜਾ ਸਸਤਾ ਪ੍ਰੋਡਕਟ ਆ ਤੇ ਆਪਾਂ ਉਹ 20-25 ਰੁਪਏ ਕਿਲੋ ਆ ਤੇ 5-5 ਕਿਲੋ ਕਿਸਾਨ ਵੀਰ ਥੱਲੇ ਉਹਨਾਂ ਨੇ ਪਾਇਆ ਤੇ ਹੁਣ ਵੀ ਸਪਰੇਅ ਕਰ ਰਹੇ ਆ ਹਰਾਪਣ ਇੱਕ ਵਾਰ ਦਿਖਾਉਂਦਾ ਮੈਗਨੀਸ਼ੀਅਮ ਤਾਤਾ ਜਿਹੜਾ ਉਹ ক্লোਰੋਫਿਲ ਦਾ ਸੈਂਟਰਲ ਐਟਮ ਆ ਪਰ ਆਪਣੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਰਾਜਸਥਾਨ ਦੇ ਵਿੱਚ ਆਮ ਤੌਰ ਤੇ ਮੈਗਨੀਸ਼ੀਅਮ ਦੀ ਘਾਟ ਨਹੀਂ ਆਉਂਦੀ ਆਪਣਾ ਰਝਾਨਾ ਇਹ ਹੁੰਦਾ ਕਿ ਜਿਹੜਾ ਸਸਤਾ ਪ੍ਰੋਡਕਟ ਆ ਉਹ ਜਿਆਦਾ ਪਾ ਦਿਓ ਫਸਲ ਹਰੀ-ਭਰੀ ਦੇਖਣ ਲੱਗਦੀ ਹੈ ਤੇ ਉਹਦਾ ਝਾੜ ਵੱਧ ਜਾਂਦਾ ਇਹ ਆਪਣਾ ਵਹਿਮ ਆ ਕਿਸਾਨ ਵੀਰੋ ਮੁੱਖ ਤੌਰ ਤੇ ਝੋਨੇ ਦੀ ਫਸਲ ਦੇ ਵਿੱਚ ਜ਼ਿੰਕ ਤੱਤ ਦੀ ਘਾਟ ਆਉਂਦੀ ਹੈ ਲਗਾਤਾਰ ਪਾਣੀ ਖੜਨਾ ਕਿਉਂਕਿ ਆਪਾਂ ਫਾਸਪੋਰਥ ਤੱਤ ਵੀ ਜ਼ਿਆਦਾ ਦੇ ਦਿੰਦੇ ਆ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਆਪਾਂ ਡੀਪੀ ਪਾਈ ਆ ਤਾਂ ਉਦੋਂ ਬਾਅਦ ਆਪਾਂ ਨੂੰ ਝੋਨੇ ਦੀ ਫਸਲ ਦੇ ਵਿੱਚ ਡੀਪੀ ਜਾਂ ਫਾਸਪੋਰਥ ਤੱਤ ਦੀ ਜ਼ਰੂਰਤ ਨਹੀਂ ਹੁੰਦੀ ਜੇ ਆਪਾਂ ਪਾਉਨੇ ਆ ਜਾਂ ਲਗਾਤਾਰ ਪਾਣੀ ਖੜਾ ਰੱਖਦੇ ਆ ਤਾਂ ਜ਼ਿੰਕ ਤੱਤ ਦੀ ਘਾਟ ਆ ਜਾਂਦੀ ਆ ਉਹਦੀ ਵਾਅਦਤ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜ਼ਿੰਕ ਤੱਤ ਜਿਹੜੀ ਹੈਗੀ ਆਪਾਂ ਸਪਰੇਅ ਕਰਨੀ ਆ 21% ਜ਼ਿੰਕ ਸਲਫੇਟ 1 ਕਿਲੋ ਜਾਂ 600 ਤੋਂ 700 ਗ੍ਰਾਮ ਜ਼ਿੰਕ ਸਲਫੇਟ ਤੇ 30% 1 ਤੋਂ 1.5 ਕਿਲੋ ਯੂਰੀਆ ਅੱਧਾ ਕਿਲੋ ਲੋਹਾ ਤੱਤ ਫੈਰ ਸਲਫੇਟ 19% ਤੇ ਨਾਲ ਅੱਧਾ ਕਿਲੋ ਕੜੀ ਦਾ ਪਾਣੀ ਰਾਦ ਨੂੰ ਪਿਉਆਂ ਕੇ ਉਹਦੀ ਆਪਾਂ ਸਪਰੇਅ ਕਰਨੀ ਆ ਜੇ ম্যাগਨੀਸ਼ੀਅਮ ਸਲਫੇਟ ਸਸਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜ਼ਮੀਨ ਦੇ ਵਿੱਚ ਜੇ ਆਪਾਂ 20 ਤੋਂ 25 ਰੁਪਏ ਕਿਲੋ ਵਾਲਾ ਪ੍ਰੋਡਕਟ 5-5 ਕਿਲੋ ਪਾ ਕੇ ਤੇ ਉਹਦਾ ਝਾੜ ਵਾਧ ਨਹੀਂ ਕੱਢ ਸਕਦੇ ਜਿਹੜੀ ਤਾਂ ਦੀ ਘਾਟ ਆ ਜੇ ਆਪਾਂ ਪਾਵਾਂਗੇ ਜਾਂ ਸਪਰੇਅ ਕਰਾਂਗੇ ਤਾਂ ਉਹਦੇ ਨਾਲ ਹੀ ਆਪਣਾ ਝਾੜ ਮਿਲੂਗਾ ਹੋਰ ਸਵਾਲ ਹੋਵੇ ਮਤਲਬ ਜਰੂਰ ਸਾਂਝਾ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ